ਗੱਲਾਂ ਦੋ ਪਾਣੀ ਹੋਰ ਲੈ ਆਓ ਲਾਈਟਾਂ ਬੜੀਆਂ ਘੱਟ ਸਰ ਜਦੋਂ ਨਾ ਇਹ ਪਲਟ ਕੇ ਆਉਂਦੇ ਨਾ ਮਾਰੋ ਸਰ ਉਹਨੇ ਤਾਂ ਛੱਡੀਆਂ ਨੇ ਸਰ ਨਾਲ ਵੀ ਲਿਆਂਦਾ ਨੇ ਸਰ ਮੰਨਦੇ ਨਹੀਂ ਸੀ ਸਾਡੇ ਬੰਦੇ ਅੱਗੇ ਸਿਰਫ ਗੁੱਸੇ ਨੂੰ ਦੇਖ ਲਈ ਲਾਈਆਂ ਨਹੀਂ ਸਰ ਉਹਨੇ ਮੰਨਿਆ ਵੀ ਕਿਸੇ ਪੈਂਟਰ ਟਰਾਲੀਆਂ ਤਿੰਨੇ ਲਿਆ ਕੋਲ ਆਪਣੇ ਪਹਿਲੇ ਰੋਕੇ ਟਰਾਲੀਆਂ ਇੰਡੀਆ ਦੇ ਸਾਰੇ ਜਾਵਾਂਗੇ ਜੀ ਹੁਣ ਆ ਗਿਆ ਮੈਂਬਰ ਜਗਿੰਦਰ ਕੀਤਾ ਹੈ ਜਗਿੰਦਰ ਮੈਂਬਰ ਫੁੱਟੀ ਤਾਂ ਆਰਡਰ ਲਈ ਆਉਣੇ ਆ ਟਰਾਲੀ ਲੈ ਦੇ ਜਿਹੜਾ ਵੀ ਬੰਦਾ ਬਿਆਨ ਲਿਖਣਾ ਹੈਗਾ ਜਿਹੜੇ ਬੰਦੇ ਨੇ ਅੱਖੀ ਵੇਖਿਆ ਉਹ ਤਾਂ ਚਲੋ ਉਹ ਲਿਖਾ ਦੇ ਠੀਕ ਹੈ ਨਹੀਂ ਆਪਾਂ ਹੋਰ ਕਿਸੇ ਦਾ ਬਿਆਨ ਦੇ ਕੇ ਪਰਚਾ ਦਿੱਤਾ ਸੈਂਟਰ ਆਪਣੇ ਕੋਲ ਆ ਗਿਆ ਬੰਦਾ ਸਵੇਰੇ ਪੜ੍ਹ ਲਾਂਗੇ ਜੀ
ਕੁਛ ਨਹੀਂ, ਡੈਡੀ ਮਿੱਟੀ ਸਟਾਣ ਗਿਆ ਸੀ ਜੀ, ਪਤਾ ਹੀ ਨਹੀਂ ਜੀ। ਅੱਛਾ ਜੀ, ਕਾਹਦੇ 'ਤੇ ਸੀਗੇ ਜੀ? ਜੀ ਮੋਟਰਸਾਈਕਲ 'ਤੇ ਜੀ। ਅੱਛਾ, ਹਾਂਜੀ। ਅਤੇ ਵੱਜੇ ਕਾਹਦੇ 'ਚ ਨੇ ਜੀ? ਜੀ ਟਰਾਲੀ 'ਚ ਵੱਜੇ ਸੀ, ਮਿੱਟੀ ਲੱਗੀ ਸੀ। ਅੱਛਾ, ਕਿੱਥੋਂ ਤੇਰੇ ਫਾਦਰ ਸਾਹਿਬ ਕਿੱਥੋਂ ਜਾ ਰਹੇ ਸੀਗੇ ਅਤੇ ਉਹ ਕਿੱਥੋਂ ਆ ਰਿਹਾ ਸੀਗਾ ਜੀ? ਜੇ ਤੋ ਚਾਂਦ ਬਾਰੀ ਚ ਪਰ ਬੱਠਾ ਉਤੋਂ ਆ ਰਹੇ ਸੀ, ਘਰੇ ਆ ਰਹੇ ਸੀ। ਤੇ ਟਰਾਲੀ ਵਾਲਾ, ਟਰੈਕਟਰ ਵਾਲਾ ਕਿੱਥੋਂ ਲਿਆ ਰਿਹਾ ਸੀਗਾ ਜੀ? ਹਾਂਜੀ, ਟਰੈਕਟਰ ਟਰਾਲੀ ਵਾਲਾ ਕਿੱਧਰੋਂ ਆ ਰਿਹਾ ਸੀਗਾ? ਜੋ ਇਹਦੋ ਆ ਰਿਹਾ ਸੀ ਸਾਈਬਰ ਵਾਲਾ, ਉਹ ਮਿੱਟੀ ਚ ਗਈ ਜਾਂਦੀ ਹੈ ਜੀ। ਕੌਣ ਹੈ, ਕੌਣ ਟਰੈਕਟਰ ਵਾਲਾ ਜੀ? ਟਰਾਲੀ ਵਾਲਾ ਪਤਾ ਨਹੀਂ ਲੱਗਿਆ, ਭੱਜ ਗਿਆ ਜੀ। ਹਾਂਜੀ, ਤੁਹਾਡੇ ਪਿਤਾ ਜੀ ਦਾ ਕੀ ਨਾਂ ਸੀਗਾ ਜੀ? ਜੀ ਰਮੇਸ਼। ਅੱਛਾ, ਕਿੰਨੀ ਕੁ ਉਮਰ ਸੀਗੀ ਜੀ? ਜਿਉਣੀ ਸਹੀ ਹੁੰਦੀ 40-45 ਹੋਣੀ ਸੀ। ਇਹਨਾਂ ਦੀ ਇੱਥੇ ਮੌਤ ਹੋ ਗਈ ਹੈ, ਇੱਥੇ ਟਰਾਲੀਆਂ ਲੱਗੀਆਂ ਨੇ ਜਿਹੜੀਆਂ ਖੜੀਆਂ ਨੇ, ਪਿੱਛੇ ਟਰੈਕਟਰ ਤੁਸੀਂ ਦੇਖ ਰਹੇ ਹੋ ਜੀ, ਇਹ ਟਰਾਲੀਆਂ ਲੱਗੀਆਂ ਨੇ ਇੱਧਰ, ਇਹ ਕਿਸੇ ਨੂੰ ਸਾਈਡ ਨਹੀਂ ਦਿੰਦੇ ਹੈਗੇ। ਇਹ ਮਿੱਟੀ ਪੇ ਕੇ ਆ ਰਿਹਾ ਸੀ ਅਤੇ ਇੱਧਰ ਟਰੈਕਟਰ ਜਾ ਰਹੇ ਸੀ, ਜਿਹੜਾ ਬੰਦਾ ਸੀ ਨਾ ਮਾਰਨ ਵਾਲਾ ਉਹ ਤਾਂ ਫਰਾਰ ਹੋ ਗਿਆ, ਅਤੇ ਆਹ ਜਿਹੜੇ ਟਰੈਕਟਰ ਵਾਲੇ ਨੇ ਉਹਨਾਂ ਸਾਥ ਦਿੱਤਾ ਟਰੈਕਟਰ ਦਾ, ਤੁਸੀਂ ਭੱਜੋ ਅਤੇ ਅਸੀਂ ਵੀ ਚਲੇ ਜਾਵਾਂਗੇ। ਉਹਨੂੰ ਭਜਾ ਤਾ ਅਤੇ ਇਹ ਪਿੱਛੋਂ ਵਾਹਨ 'ਚੋਂ ਲੈ ਕੇ ਚੱਲੇ ਸੀ, ਲਾਈਟਾਂ ਬੰਦ ਕਰਕੇ। ਅੱਛਾ ਜੀ, ਅਤੇ ਇਹਨਾਂ ਨੂੰ ਮਸੇ ਫੜ ਕੇ ਲਿਆਂਦਾ ਅਤੇ ਇਹਨਾਂ ਸਾਡੇ ਨਾਲ ਹੱਥੋਂ ਬਾਈ ਕਰਨ ਲੱਗ ਗਏ, ਅਤੇ ਇਹਨਾਂ ਨੇ ਇੱਕ ਲਾਊਡ ਸਪੀਕਰ ਲਾਏ ਬਣਿਆ ਪਿੱਛੇ, ਤੁਸੀਂ ਦੇਖ ਹੀ ਰਹੇ ਹੋ। ਇਹਨਾਂ ਜਿਹੜਾ ਪਿੱਛੋਂ ਆਵੇਗਾ ਇਹਨਾਂ ਸਾਈਡ ਨਹੀਂ ਦੇਣੀ, ਜੋ ਵਹੀਕਲ ਵਾਲਾ ਹੋਊਗਾ, ਗੱਡੀ ਵਾਲਾ ਹੋਊਗਾ, ਕਾਰ ਵਾਲਾ ਹੋਊਗਾ, ਉਹਨੂੰ ਨਹੀਂ ਇਹਨਾਂ ਦਿੱਤੀ। ਅੱਛਾ, ਇਹ ਸਭ ਬੱਠਿਆਂ ਦਾ ਕਸੂਰ ਹੈ, ਇਹ ਸਭ ਕੁਛ ਵੀ ਕਰਾ ਸਕਦੇ ਆ, ਇਹ ਸਮਝਾ ਵੀ ਸਕਦੇ ਆ ਵੀ ਹੌਲੀ ਚਲਾਉਣਾ ਜਾਂ ਕਿੱਦਾਂ ਵੀ ਆ। ਇਹਨਾਂ ਨੂੰ ਆਪਦੇ ਡੇਢ ਨਾਲ ਲਾਲਚ ਨਾਲ ਹੁੰਦੀ ਹੈ ਵੀ ਮੇਰੇ ਪੈਸੇ ਜ਼ਿਆਦਾ ਬਣਨ। ਇਹਨਾਂ ਨੂੰ ਕਿਸੇ ਮੌਤ, ਕਿਸੇ ਜਾਨ ਬਾਰੇ ਤਾਂ ਨਹੀਂ ਇਹਨਾਂ ਨੂੰ ਹੈਗਾ ਨਾ ਗਿਆਨ ਵੀ ਅਸੀਂ ਉਹਨੂੰ ਬਚਾਈਏ ਜਾਂ ਕਿੱਦਾਂ ਵੀ ਆ। ਇਸ ਕਰਕੇ ਜੀ ਇਹ ਜੋ ਵੀ ਹੈਗਾ ਨਾ ਇਹਨਾਂ ਕਰਕੇ ਹੀ ਹੋ ਰਿਹਾ ਆ। ਇੱਕ ਲਿੰਕ ਰੋਡ ਹੈ, ਜਦੋਂ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਉਹਨਾਂ ਵਿਚਾਰਿਆਂ ਨੂੰ ਨਹੀਂ ਇਹਨਾਂ ਸਾਈਡ ਦਿੰਦੇ। ਇੱਥੇ ਨਾਲ ਹੀ ਹੈਗਾ ਚਾਂਦਬਾਰੀ ਸਕੂਲ, ਉਹ ਤਾਂ ਛੁੱਟੀ ਹੁੰਦੀ ਆ, ਉਹਨਾਂ ਬੱਚਿਆਂ ਨੂੰ ਵੀ ਸਾਈਡ ਨਹੀਂ ਦਿੰਦੇ। ਉਹ ਵੀ ਬੜੇ ਉਹ ਵਿਚਾਰੇ ਨਿੱਕੇ ਨਿੱਕੇ ਬਾਲ ਆ, ਜਵਾਕ ਆ, ਬੱਚੇ ਆ, ਉਹ ਇੱਧਰ ਸਾਈਡ 'ਤੇ ਹੀ ਤੁਰ ਕੇ ਜਾਂਦੇ ਆ ਵਾਹਨ 'ਚੋਂ। ਨਹੀਂ, ਹੁਣ ਆਹਮਣੇ ਸਾਹਮਣੇ ਟੱਕਰ ਹੋਈ ਸੀ ਕਿ ਪਿੱਛੋਂ? ਨਹੀਂ ਨਹੀਂ, ਇਹ ਤਾਂ ਆਪਦੀ ਸਾਈਡ 'ਤੇ ਖੜ੍ਹ ਗਏ ਸੀ, ਜਦੋਂ ਟਰੈਕਟਰ ਲੰਘਿਆ ਟਰੈਕਟਰ ਦਾ ਟਾਇਰ ਵੱਜਿਆ ਅਤੇ ਉਹ ਜਿਹੜਾ ਟਰਾਲਾ ਸੀ ਨਾ ਇਸ ਤਰ੍ਹਾਂ ਦਾ ਡੈਂਪਰ, ਉਹ ਜਿਹੜੇ ਪਿਛਲੇ ਟਾਇਰ ਸੀਗੇ ਮਿੱਟੀ ਦਾ ਭਰਿਆ ਸੀ, ਉਹ ਉੱਪਰੋਂ ਲੰਘ ਗਏ ਦੇ। ਅੱਛਾ, ਇਹ ਵਿਚਕਾਰ ਡਿੱਗ ਗਿਆ। ਇਹ ਇਹਨਾਂ ਟਰੈਕਟਰਾਂ 'ਚ ਕੀ ਸੀਗਾ ਜੀ? ਇਹਨਾਂ 'ਚ ਵੀ ਮਿੱਟੀ ਸੀ, ਇਹਨਾਂ ਰਾਹ 'ਚ ਹੀ ਖਾਲੀ ਕਰਤੀ ਵੀ ਅਸੀਂ ਬਾਜੀ ਹੈ, ਅਤੇ ਉਹਨੂੰ ਵੀ ਭਜਾਤਾ ਟਰੈਕਟਰ ਵਾਲੇ ਨੂੰ ਜਿਹੜਾ ਟਰੈਕਟਰ ਸੀਗਾ। ਪੁਲਿਸ ਨੂੰ ਸੂਚਨਾ ਦਿੱਤੀ ਜੀ? ਹਾਂਜੀ ਹਾਂਜੀ, ਪੁਲਿਸ ਆਈ ਆ ਜੀ। ਕੀ ਮੰਗ ਕਰਦੇ ਹੋ ਜੀ? ਅਸੀਂ ਮੰਗ ਕਰਦੇ ਜਿਹੜੀ ਕਾਰਵਾਈ ਆ ਬਣਦੀ ਕਾਰਵਾਈ ਆ ਕੀਤੀ ਜਾਏ। ਹੁਣ ਪੁਲਿਸ ਨੇ ਇਹ ਤਾਂ ਕੁਛ ਤਾਂ ਕੀਤਾ ਨਹੀਂਗਾ, ਉਹ ਅਜੇ ਉਹ ਕਹਿੰਦੇ ਡੈੱਡ ਬੋਡੀ ਦਾ ਸੀ, ਉਹਨਾਂ ਚਿਰ ਡੈੱਡ ਬੋਡੀ ਨਹੀਂ ਚੱਕਣ ਦੇਣੀ, ਜਿੰਨਾ ਚਿਰ ਉਹ ਟਰੈਕਟਰ 'ਤੇ ਪਰਚਾ ਨਾ ਹੋਊਗਾ ਉਹ ਬੰਦਾ ਨਾ ਗ੍ਰਿਫਤਾਰ ਕੀਤਾ ਜਾਊਗਾ। ਇਹ ਤੁਹਾਡੇ ਕੀ ਲੱਗਦੇ ਸੀ? ਇਹ ਮੇਰੇ ਕਜ਼ਨ ਜੀ ਨੇ, ਚਾਚਾ ਜੀ ਨੇ। ਠੀਕ ਹੈ, ਉਹ ਤਾਂ ਵਜਾ ਕੇ ਲੈ ਗਿਆ। ਅੱਛਾ, ਜਿੰਨੇ ਵਿੱਚ ਇਹਨਾਂ ਨੂੰ ਪਤਾ ਸੀ ਇਹਨਾਂ ਨੇ ਲੈ ਗਏ, ਇਹਨਾਂ ਨੇ ਭੱਠੇ 'ਤੇ ਲਾਈ ਮਿੱਟੀ। ਅੱਛਾ, ਇਹਨਾਂ ਨੇ ਚੋਰੀ ਨਾ ਹੋਰ ਪਾਸੇ ਲਾ ਕੇ ਘਾਹ ਨਾਲ ਟਰੈਕਟਰ ਲਗੋ ਉੱਥੇ ਤਿੰਨੇ। ਅੱਛਾ ਜੀ, ਇਹ ਫਿਰ ਮਗਰ ਜਾ ਕੇ ਅਸੀਂ ਕਾਬੂ ਕੀਤੇ ਵੀ ਟਰੈਕਟਰ ਆ ਗਿਆ, ਫਿਰ ਉਹ ਲੜਨ ਲੱਗ ਗਿਆ ਸਾਡੇ ਨਾਲ। ਅੱਛਾ ਜੀ, ਇੱਟ ਵੱਟ ਮਾਰਨ ਲੱਗ ਗਏ ਇਹਨਾਂ ਨਾਲ। ਅੱਛਾ ਜੀ, ਅਤੇ ਉਧਰ ਫਿਰ ਉਹ ਲੈਂਦਰ ਫੜ ਕੇ ਫਿਰ ਇਹਨਾਂ ਦੱਸਿਆ ਵੀ ਉਹ ਟਰੈਕਟਰ ਟਾਰੀ ਬਾਈਕਾਂ ਦਾ ਹੈ, ਜਿਹਨਾਂ ਜੀ ਇੱਧਰ ਥੱਲੇ ਆਇਆ ਨਾ ਬਾਈਕਾਂ ਦਾ। ਅਤੇ ਅਜੇ ਤੱਕ ਪਤਾ ਨਹੀਂ ਲੱਗਿਆ ਜੀ ਕਿਹੜਾ ਟਰੈਕਟਰ ਹੈ? ਟਰੈਕਟਰ ਦੱਸਦੇ ਆ ਛਿੰਦਾ ਹੈ, ਕੋਈ ਨਾ ਉਹਦੇ ਲਾਲ ਰੰਗ ਦੇ ਗਿਆ ਬਾਈਕਾਂ ਦਾ। ਅੱਛਾ ਜੀ, 55 ਟਰੈਕਟਰ ਅਤੇ ਹਜੇ ਤੱਕ ਮਿਲਿਆ ਨਹੀਂ ਗਾ ਜੀ? ਮਿਲਿਆ ਨਹੀਂ, ਹੁਣ ਪੁਲਿਸ ਆਈ ਉਹ ਗਏ ਮੈਨੂੰ ਮਗਰ। ਹੁਣ ਫੈਸਲਾ ਕੀ ਹੈ ਜੀ? ਹੁਣ ਫੈਸਲਾ ਹੈਗਾ ਸਾਡਾ ਨੁਕਸਾਨ ਕਿਦਾਂ,
ਕਾਰਵਾਈ ਪੜਦੀ ਉਹ ਕੀਤੀ ਜਾਵੇ, ਪਰਚਾ ਕੀਤਾ ਜਾਵੇ। ਹੋਣਾ ਚਾਹੀਦਾ ਪੈਟਰਾ ਜਿਹੜਾ ਬਾਲ ਕੇ ਤੇ ਉਹਨੂੰ ਵੀ ਹੋਣਾ ਚਾਹੀਦਾ ਜਿਵੇਂ ਇਹਨੂੰ ਹੋਇਆ ਪਿਆ। ਕੀ ਨਾਂ ਜੀ ਆਪਣਾ? ਮੇਰਾ ਰੁੜੀਆ ਸਿੰਘ। ਕੀ ਲੱਗਦੇ ਸੀ ਤੁਹਾਡੇ? ਇਹ ਮੇਰਾ ਭਰਾ, ਛੋਟਾ ਸਕਾ ਭਰਾ ਮੇਰਾ। ਠੀਕ ਹੈ। ਹਾਂਜੀ, ਅਸੀਂ ਕਹਿ ਰਹੇ ਹਾਂ ਵੀ ਚਾਰ ਇਹਦੇ ਬੱਚੇ ਨੇ ਛੋਟੇ ਛੋਟੇ, ਮਿੱਟੀ ਫੇਹ ਕੇ ਆ ਰਿਹਾ ਹੈ ਤੇ ਇੱਟਾਂ ਕੱਢਦਾ ਸੀ ਤੇ ਮਿੱਟੀ ਫੇਹ ਕੇ ਆ ਰਿਹਾ ਸੀ ਤੇ ਇੱਕ ਟਾਇਰ ਪਿਛਾਂ ਹੈ, ਇੱਕ ਇਸ ਪਾਸੇ ਨਾਲ ਹੀ ਹੈ ਜਮਾਂ ਤੇ ਅਗਲੀ ਟਰਾਲੀ ਅੜੀ ਹੈ ਨਾ, ਦੂਜੇ ਟਰਾਲੀ ਵਾਲਿਆਂ ਨੇ ਸਾਹ ਦਿੱਤੀ ਵੀ ਤੂੰ ਇਹ ਵਿੱਚੋਂ ਵਿੱਚੋਂ ਲੰਘ ਜਾ, ਉਹ ਲਾਈਟਾਂ ਵਜਾ ਕੇ ਵਿੱਚੋਂ ਲੰਘ ਗਿਆ। ਅੱਛਾ ਜੀ, ਭੱਜ ਗਿਆ ਜੀ? ਭੱਜ ਗਿਆ। ਕੋਈ ਕਾਰਵਾਈ ਨੀ ਚੰਗੀ ਤਰ੍ਹਾਂ ਕੀਤੀ ਤੇ ਉਹਨਾਂ ਨੇ ਕੋਈ ਕਾਰਵਾਈ ਨੀ, ਕੋਈ ਸੁਣਾਈ ਨੀ ਪੂਰੀ ਕੀਤੀ। ਤੇ ਹੁਣ ਤੁਸੀਂ ਫੈਸਲਾ ਕੀ ਲਿਆ ਪਿੰਡ ਵਾਲਿਆਂ ਦੇ ਪਰਿਵਾਰ ਨੇ ਜੀ? ਅਸੀਂ ਲਿਆ ਫੈਸਲਾ ਜਿੰਨਾ ਚਿਰ ਕੋਈ ਕਾਰਵਾਈ ਨਾ ਹੋਈ ਅਸੀਂ ਲਾਸ਼ ਨਹੀਂ ਚੱਕਾਂਗੇ। ਕੀ ਨਾਂ ਸੀਗਾ ਜਿਨ੍ਹਾਂ ਦੀ ਡੈਥ ਹੋਈ ਹੈ ਜੀ? ਰਮੇਸ਼ ਸਿੰਘ। ਰੇਸ਼ਮ ਸਿੰਘ। ਕੀ ਨਾਂ ਜੀ? ਰਵਿੰਦਰ ਸਿੰਘ। ਹੋਇਆ ਜੀ ਕੀ ਇੱਥੇ ਹਾਦਸਾ ਵਾਪਰਿਆ ਜੀ? ਇੱਥੇ ਜੀ ਚਾਂਦਮਾਰੀ ਤੋਂ ਨਿਓੜਾ ਨੂੰ ਸੜਕ ਜਾਂਦੀ ਹੈਗੀ ਹੈ ਜੀ, ਤਾਂ ਜੋ ਇੱਥੇ ਅਸੀਂ ਆਏ ਹਾਂ ਇੱਥੇ ਮੌਕੇ 'ਤੇ ਆ ਕੇ ਪਤਾ ਲੱਗਿਆ ਜੀ ਵੀ ਇੱਕ ਟਰੈਕਟਰ ਸੀਗਾ, ਟਰੈਕਟਰ ਟਰਾਲੀ ਜਿਹੜੀ ਰੇਤੇ ਦੇ ਭਰੇ ਇੱਥੋਂ ਲੰਘ ਰਿਹਾ ਸੀਗਾ, ਉਹਦਾ ਮੋਟਰਸਾਈਕਲ ਦੇ ਵਿੱਚ ਵੱਜਿਆ, ਮੋਟਰਸਾਈਕਲ ਦੇ ਵਿੱਚ ਜਿਹੜਾ ਮੋਟਰਸਾਈਕਲ ਦਾ ਵੀ ਨੁਕਸਾਨ ਹੋ ਗਿਆ, ਜਿਹੜਾ ਮੋਟਰਸਾਈਕਲ ਨੂੰ ਚਾਲਕ ਸੀਗਾ ਉਹਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ ਜੀ। ਅਤੇ ਉਹਦੇ ਵਿੱਚ ਜਿਹੜੇ ਇੱਥੇ ਇਹਦੇ ਪਰਿਵਾਰਕ ਮੈਂਬਰ ਸੀਗੇ ਵੀ ਇਹਨਾਂ ਦਾ ਹੈਗਾ ਸੀ ਵੀ ਟਰੈਕਟਰ ਵਾਲੇ ਨੂੰ, ਟਰੈਕਟਰ ਨੂੰ ਕਾਬੂ ਕੀਤਾ ਜਾਵੇ ਜੀ। ਉਹ ਆਪਾਂ ਟਰੈਕਟਰ ਜਿਹੜਾ ਹੈਗਾ ਸਾਡੇ ASI ਰਾਜਵਿੰਦਰ ਸਿੰਘ ਅਤੇ SC ਰਮੇਸ਼ ਕੁਮਾਰ ਦੀ ਡਿਊਟੀ ਲਾਤੀ ਸੀਗੀ ਜੀ, ਉਹ ਉਹਨਾਂ ਨੇ ਟਰੈਕਟਰ ਲੈ ਲਿਆ ਹੈਗਾ ਅਤੇ ਹੁਣ ਜਿਹੜਾ ਹੈਗਾ ਇੱਥੋਂ ਜਾ ਕੇ ਆਪਾਂ ਹਸਪਤਾਲ ਦੇ ਵਿੱਚ ਲਾਸ਼ ਮੋਰਚਰ 'ਚ ਰਖਾਵਾਂਗੇ, ਜੋ ਵੀ ਇਹ ਸਟੇਟਮੈਂਟ ਦੇਣਗੇ ਉਹਦੇ ਮੁਤਾਬਕ ਜਿਹੜੀ ਆ ਉਹਦੀ ਬੰਦੇ ਕਰ ਰਹੀ ਹੈ। ਆਈਡੈਂਟੀਫਾਈ ਹੋਇਆ ਜੀ ਕੌਣ ਸੀਗਾ ਬੰਦਾ ਜਿਹਨੇ ਇਹ ਹਾਦਸੇ ਵਿੱਚ ਆਇਆ? ਉਹ ਅਜੇ ਮਤਲਬ ਨਾਮ ਦਾ ਕਨਫਰਮ ਨਹੀਂ ਹੋਇਆ, ਟਰੈਕਟਰ ਪਤਾ ਲੱਗ ਗਿਆ ਹੈਗਾ ਜੀ, ਉਹਦੇ ਜੋ ਵੀ ਉਹ ਬੰਦਾ ਹੈਗਾ ਉਹਦਾ ਨਾਮ ਪਤਾ ਕਰਕੇ ਜਿਹਦਾ ਟਰੈਕਟਰ ਘਰ 'ਚ ਆਪਾਂ ਮਿਲ ਗਿਆ ਉਹ ਮਾਲਕਾਂ ਦਾ ਹੈਗਾ ਹੀ ਆ ਡਰਾਈਵਰ ਜਿਹੜਾ ਹੈਗਾ। ਇਹ ਕੋਈ ਟਰੈਕਟਰ ਵੀ ਇਹਨਾਂ ਨੇ ਪਕੜੇ ਨੇ ਜੀ ਪਿੰਡ ਵਾਲਿਆਂ ਨੇ? ਤਿੰਨ ਚਾਰ ਟਰੈਕਟਰ ਕਹੇ ਜਾ ਰਹੇ? ਉਹ ਤਾਂ ਵੈਸੇ ਹੀ ਰੋਕੇ, ਉਹ ਪਕੜੇ ਨਹੀਂ ਹੈਗੇ। ਅੱਛਾ ਜੀ। ਉਹ ਤਾਂ ਵੈਸੇ ਭਾਈ ਬੰਦੀ ਨਾਲ ਇਹਨਾਂ ਦਾ ਜਿਵੇਂ ਹੁਣ ਦੁੱਖ ਕਰਕੇ ਉਹਨਾਂ ਨੂੰ ਕਿਹਾ ਤਾਂ ਉਹਨਾਂ ਨੇ ਰੋਕ। ਅੱਛਾ ਜੀ। ਅਤੇ ਹੁਣ ਦੀ ਪਰਿਵਾਰ ਨੂੰ ਸਹਿਮਤ ਹੋ ਗਿਆ ਜੀ ਲਾਸ਼ ਲਿਜਾਣ ਨੂੰ? ਹਾਂਜੀ, ਇਹਨਾਂ ਨੂੰ ਆਪਾਂ ਬੇਨਤੀ ਕੀਤੀ ਸੀਗੀ ਜੀ ਵੀ ਟਰੈਕਟਰ ਜਿਹੜਾ ਹੈਗਾ ਉਹ ਆਪਾਂ ਪਤਾ ਲਾ ਲਿਆ ਅਤੇ ਉਹਨੂੰ ਆਪਾਂ ਜਿਹੜਾ ਥਾਣੇ ਲੈ ਕੇ ਜਾ ਰਹੇ ਹਾਂ ਅਤੇ ਇਹ ਲਾਸ਼ ਨੂੰ ਜਿਹੜਾ ਹੈਗਾ ਖਰਾਬ ਨਾ ਕੀਤਾ ਜਾਵੇ। ਪਹਿਲਾਂ ਹੀ ਪਰਮਾਤਮਾ ਨੇ ਬੜਾ ਦੁੱਖ ਦੀ ਗੱਲ ਕੀਤੀ ਹੈਗੀ ਹੈ ਜੀ, ਅਤੇ ਇਸ ਕਰਕੇ ਪਰਿਵਾਰ ਨੂੰ ਸਮਝਾਇਆ ਅਤੇ ਉਹ ਜਿਹੜਾ ਹੁਣ ਲੈ ਕੇ ਚੱਲਿਆ ਹੋਸਪਿਟਲ ਮਰਜ਼ੀ 'ਚ ਰਖਾਵਾਂਗੇ, ਇਹਨਾਂ ਦੀ ਸਟੇਟਮੈਂਟ ਦੇ ਮੁਤਾਬਕ ਇਹਦੀ ਬੰਦੀ ਕਰ ਦੇ ਕਰਦੇ। ਇਹ ਬੰਦਾ ਕੌਣ ਸੀਗਾ ਜਿਹਦੀ ਡੈਥ ਹੋਈ ਹੈ ਜੀ? ਹਾਂਜੀ, ਜਿਹਦੀ ਡੈਥ ਹੋਈ ਹੈ ਕੋਈ ਨਾਮ ਪਤਾ ਲੱਗਿਆ ਜੀ ਇਹ ਕੌਣ ਸੀਗੇ, ਕਿੱਥੋਂ ਦੇ ਰਹਿਣ ਵਾਲੇ ਸੀਗੇ ਸਰ ਜਿਹਨਾਂ ਦੀ ਮੌਤ ਹੋਈ ਹੈ ਜੀ? ਇਹ ਸੈਦੋ ਕੇ ਹਾੜ ਦੇ ਹੈਗੇ ਆ ਜੀ, ਨਾਮ ਵਗੈਰਾ ਮੈਂ ਪਤਾ ਕਰ ਰਿਹਾ ਜਿਵੇਂ ਪਹਿਲਾਂ ਰੇਜੂ ਸਿੰਘ ਨਾਮ ਹੈ।